ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੰਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿ ਸ਼੍ਰੀ ਅਕਾਲ ਜੀ, ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਇੱਕ ਵਾਰੀ ਇੱਧਰ ਵਾਲੇ ਕੰਟੀਨੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਅੱਜ ਦਾ ਕਾਲਜ ਹੈਗਾ ਜੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ, ਬਹੁਤ ਵਧੀਆ ਕੈਂਪਸ, ਇੱਕ ਵਾਰ ਜ਼ੋਰਦਾਰ ਤਾੜੀਆਂ ਦੇ। ਅੱਜ ਠੰਡ ਵੀ ਥੋੜ੍ਹੀ ਜਿਹੀ ਜ਼ਿਆਦਾ ਅੱਗੇ ਨਾਲੋਂ, ਅਤੇ ਸਾਨੂੰ ਇਹ ਵੀ ਛੇਤੀ ਛੇਤੀ ਤੁਹਾਡੇ ਨਾਲ ਗੱਲਾਂ ਪਤਾ ਕਰ ਲਈਏ, ਕਿਤੇ ਮੀਂਹ ਨਾ ਆ ਜੇ। ਆ ਜਾਓ ਜੀ, ਹਾਂਜੀ ਹਾਏ ਨਹੀਂ, ਇੱਥੇ ਆਓ, ਬੱਲੇ ਬੱਲੇ ਹੈ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਕਾਜ਼ਮ ਖਾਨ। ਹੈਂਜੀ? ਕਾਜ਼ਮ। ਕਾਜ਼ਮ, ਯੈਸ। ਇਹਦਾ ਕੀ ਬਹੁਤ ਸੋਹਣਾ ਨਾਂ ਹੈ, ਵੈਸੇ ਮੈਨੂੰ ਮਤਲਬ ਨਹੀਂ ਪਤਾ, ਪਰ ਸੋਹਣਾ ਨਾਂ ਹੈ। ਮੈਂ ਦੱਸ ਦਿੰਦੀ ਹਾਂ, ਮਤਲਬ ਦੱਸੋ। ਸ਼ਾਈਨ ਆਫ ਗਲੈਕਸੀ। ਅੱਛਾ ਅੱਛਾ, ਉਹ ਹੈ। ਓ ਮਾਈ ਗੋਡ, ਯੈਸ। ਅੱਛਾ ਠੀਕ ਹੈ ਠੀਕ ਹੈ, ਉਹ ਠੀਕ ਹੈ, ਸ਼ਾਈਨ ਆਫ, ਉਹ ਠੀਕ ਹੈ, ਸਾਊਂਡ। ਹਾਂਜੀ ਹਾਂਜੀ, ਇੰਗਲਿਸ਼ 'ਚ ਦੱਸਿਆ ਵਧੀਆ ਹੋਣਾ ਸੀ। ਮੇਰਾ ਨਾਂ ਦਾ ਨਾਮ, ਮਤਲਬ ਮੇਰਾ ਨਾਮ ਰਵਨੀਤ ਹੈ ਜੀ। ਅੱਛਾ ਜੀ, ਚੱਲ ਵਧੀਆ ਵਧੀਆ, ਮਤਲਬ ਮੈਨੂੰ ਵੀ ਨਹੀਂ ਪਤਾ। ਮੈਨੂੰ ਪਤਾ ਜੀ, ਜਿੱਦਾਂ ਤੁਹਾਡਾ ਜਿੱਦਾਂ ਸ਼ਾਈਨ ਆਫ ਗਲੈਕਸੀ, ਮੈਂ ਡਰਾਈਵਰ ਆਫ ਟੈਕਸੀ। ਟੈਕਸੀਆਂ ਵੀ ਪਾਈਆਂ ਨੇ ਇਹ ਘਰੇ। ਹਾਂਜੀ ਹਾਂਜੀ, ਸਾਡੇ ਦਾਦਾ ਜੀ ਉਹਨਾਂ ਦਾ ਬਿਜ਼ਨਸ ਸੀਗਾ ਜੀ, ਫਿਰ ਉਹਨਾਂ ਨੇ ਰਵਨੀਤ ਰੱਖਤਾ ਜੀ। ਪਰ ਹੁਣ ਤੁਸੀਂ ਅੱਜ ਕੱਲ੍ਹ ਬਹੁਤ ਫੇਮਸ ਹੋ ਗਏ, ਕੀ ਚੱਕਰ ਇਹਦਾ? ਉਹ ਟੈਕਸੀ ਮੀਟਰ ਵਧੀਆ ਚੱਲ ਗਿਆ ਜੀ। ਤੇ ਕੀ ਸ਼ੌਂਕ ਹੈ ਜੀ ਤੁਹਾਨੂੰ? ਮੈਨੂੰ ਸਿੰਗਿੰਗ। ਅੱਛਾ ਜੀ, ਸੁਣਾਓ ਜੀ। ਨੀ ਤੇਰਾ ਸੂਟ ਪੰਜਾਬੀ ਕੱਢਮੀ ਜੁੱਤੀ ਜੱਚਦੀ ਏ, ਕੀ ਬਾਤ ਹੈ, ਨੀ ਤੇਰੇ ਵਰਗੀ ਮੈਨੂੰ ਟਾਵੀ ਜੱਚਦੀ ਏ, ਨੀ ਤੂੰ ਧਰਤੀ ਦੀ ਨਹੀਂ ਅਰਸ਼ੋਂ ਆਈ ਪਰਾਉਣੀ ਲੱਗਦੀ ਏ, ਹਾਂ ਪਰਾਉਣੀ ਲੱਗਦੀ ਏ, ਜਦ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ, ਜਦ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ, ਮੈਂ ਮਰ ਜਾ ਸੋਹਣੀ ਲੱਗਦੀ ਏ, ਨੀ ਤੇਰਾ ਸੂਟ ਪੰਜਾਬੀ। ਬਹੁਤ ਸੋਹਣਾ ਗਾਣਾ, ਬਹੁਤ ਸੋਹਣਾ ਪਹਿਰਾਵਾ, ਔਰ ਬਹੁਤ ਸੋਹਣੀ ਵੋਕਲ, ਬਹੁਤ ਸੋਹਣੀ ਆਵਾਜ਼। ਗੋਡ ਬਲੈਸ ਯੂ, ਥੈਂਕ ਯੂ, ਮਾਰੇ ਤਰੱਕੀ ਦੇਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਨਾਂ ਹੈ ਤੁਹਾਡਾ? ਲਵਪ੍ਰੀਤ। ਅੱਛਾ ਜੀ, ਕਿੱਥੇ ਰਹਿੰਦੇ ਹੋ ਜੀ? ਮੁਕੰਦਪੁਰ। ਅੱਛਾ ਜੀ, ਕਿਹੜਾ ਈਅਰ ਹੈ ਤੁਹਾਡਾ? ਮੇਰਾ? ਹਾਂਜੀ, ਮੈਂ ਤੁਹਾਡਾ ਗੱਲ ਕਰ ਰਿਹਾ, ਮਗਰ ਕਹੀ ਜਿਵੇਂ ਤੁਸੀਂ ਵਿੱਚੋਂ ਪੁਲ ਬਣਾਓ ਜੀ, ਪੁਲ ਹੁੰਦੀ 5 ਮਿੰਟ ਲਾਦੇ। ਕਿੱਥੋਂ ਕਿੱਥੋਂ? ਇੱਧਰ ਰਸਤਾ ਹੀ ਆ, ਤੁਸੀਂ ਆਏ ਹੋਣਾ। ਬਹੁਤ ਠੀਕ ਹੈ ਠੀਕ ਹੈ ਠੀਕ ਹੈ, ਫੋਨ ਕਰ ਦੋ, ਦੁਪਹਿਰ ਦੀ ਰੋਟੀ ਸਾਰਿਆਂ ਦੀ ਇੱਥੇ ਬਈ। ਰਹਿਣ ਦੋ ਰਹਿਣ ਦੇ, ਇੰਨਾ ਖਰਚਾ ਨਹੀਂ ਹੋਣਾ। ਬਸ ਉਹੀ ਕਿਹੜਾ ਅੱਜ ਕੱਲ੍ਹ ਆ ਚੱਲੇ ਆ। ਚਿੱਟਾ ਪੇਂਟ ਹੋਣ ਵਾਲਾ। ਰੋਟੀ ਤੁਸੀਂ ਖਵਾਉਂਦੇ ਨੀ, ਠੀਕ ਹੈ ਠੀਕ ਹੈ, ਵਧੀਆ ਹੈ, ਲੈਟਾਂ ਲੁੱਟਾਂ ਲੱਗਣਗੀਆਂ। ਮਗਰਲੇ ਬੰਨੇ ਕੀ ਹੈ ਕਰਦੇ? ਖੇਤ ਖੇਤ ਤੁਹਾਡੇ ਹੀ ਹੈ? ਨਹੀਂ, ਸਾਡੇ ਨੀ ਹੈਗੇ। ਅੱਛਾ, ਕਿਸੇ ਦੇ ਖੇਤਾਂ 'ਚ ਘਰ ਪਾਲਿਆ? ਡੈਡੀ ਕਰਦੇ ਨੇ ਜੀ? ਓ ਬੱਲੇ 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 ਬੱਲੇ, ਠੀਕ ਹੈ ਜੀ ਠੀਕ ਹੈ ਠੀਕ ਹੈ ਜੀ, ਬਹੁਤ ਵਧੀਆ। ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹੋ ਜੀ ਮੇਰੇ ਵੱਲੋਂ। ਜ਼ਰੂਰ, ਤੁਸੀਂ ਕਹਿ ਦੋ ਨਾ, ਤੁਸੀਂ ਹੋ ਗਏ ਹੋ ਜੀ, ਕਹਿ ਲੋ ਕਹਿ ਲੋ। ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ। ਕਿੱਥੇ ਹੁੰਦੇ ਨੇ ਅੰਕਲ ਦੀ ਡਿਊਟੀ? ਜਲੰਧਰ। ਜਲੰਧਰ ਹੁੰਦੇ ਨੇ, ਚਲੋ ਬਹੁਤ ਵਧੀਆ। ਕਿੰਨੇ ਭੈਣ ਭਰਾ?
ਮੈਂ ਵੱਡੀ ਆ, ਮੇਰੇ ਤੋਂ ਛੋਟੀ ਭੈਣ ਤੇ ਭਰਾ। ਓਕੇ ਜੀ, ਤਿੰਨ ਜਣੇ ਹੋ ਗਏ ਤੁਸੀਂ, ਬਹੁਤ ਵਧੀਆ। ਗੋਡ ਬਲੈਸ ਯੂ, ਇਹਦੇ ਦਾ ਘਰ ਰੱਬ ਸਭ ਨੂੰ ਦੇਵੇ ਤੇ ਚੜ੍ਹਦੀ ਕਲਾ ਚ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਭਾਈ ਕਰਾਉਨੀ ਸਿੰਘ। ਹਾਂਜੀ ਕਰਾਉਨੀ ਸਿੰਘ। ਕਰਾਉਨੀ ਸਿੰਘ, ਹਾਂਜੀ। ਉਹ ਘਰਦਿਆਂ ਨੇ ਕੀ ਰੱਖਿਆ? ਉਹ ਘਰਦਿਆਂ ਨੇ ਕਰਨ ਰੱਖਿਆ, ਸੀਕ੍ਰੇਟ ਹੁੰਦਾ ਵੀ ਬਾਅਦ ਚ ਦੱਸਦੇ ਨਹੀਂ ਹੁੰਦੇ। ਸਮਝ ਗਿਆ। ਸੋ ਕਰਨ ਇੰਟੂ ਕਰਨ ਚੇਂਜਿਸ ਇੰਟੂ ਕਰਾਉਨੀ ਕਰਾਉਨੀ ਸਿੰਘ। ਓਕੇ, ਬਹੁਤ ਬਹੁਤ ਸੋਹਣੀ ਦਸਤਾਰ। ਹਾਂਜੀ, ਦਸਤਾਰ ਕਰਕੇ ਕਰਾਉਨੀ ਸਿੰਘ ਆ। ਬਹੁਤ ਸੋਹਣਾ, ਬਹੁਤ ਸੋਹਣਾ। ਤੇ ਗਿਟਾਰ? ਹਾਂਜੀ ਹਾਂਜੀ। ਕਦੋਂ ਕਦੋਂ ਤੂੰ ਸਿੱਖ ਵੀ ਰਹੇ ਹੋ? ਮੈਨੂੰ ਮੇਰਾ ਸਰ ਸੈਕਿੰਡ ਈਅਰ ਆ BA ਮਿਊਜ਼ਿਕ ਮਿਊਜ਼ਿਕ ਦੇ ਵਿੱਚ। ਬਹੁਤ ਵਧੀਆ, ਮੈਨੂੰ ਬਹੁਤ ਵਧੀਆ ਲੱਗਿਆ। ਜਿਹੜੇ ਪਹਿਲਾਂ ਮੇਰੀ ਭੈਣ ਨੇ ਗੀਤ ਗਾਇਆ ਉਹ ਵੀ ਸਿੱਖਦੇ ਸੀਗੇ, ਸਿੱਖ ਕੇ ਉਹਨਾਂ ਨੇ ਗਾਇਆ, ਬਹੁਤ ਸੋਹਣੀ ਵੋਕਲ ਸੀ ਉਹਨਾਂ ਦੀ। ਤੇ ਵੀਰਾ ਆਇਆ, ਵੀਰਾ ਵੀ ਸਿੱਖ ਰਿਹਾ, ਸੋ ਬਹੁਤ ਵਧੀਆ ਲੱਗਦਾ। ਉਹੀ ਕਹਿੰਦੇ ਰਹਿੰਦੇ ਨੇ ਅੱਜ ਕੱਲ੍ਹ ਦਾ ਯੂਥ ਸਿੱਖਦਾ ਨਹੀਂ, ਯੂਥ ਕੁਛ ਕਰਦਾ ਨਹੀਂ। ਸੋ ਮੈਂ ਆਪਣਾ ਜਿੰਨੇ ਵੀ ਕਾਲਜਾਂ ਦੇ ਵਿੱਚ ਜਾ ਕੇ ਦੇਖਿਆ ਔਰ ਹਰੇਕ ਨੂੰ ਆਪੋ ਆਪਣੇ ਏਮ ਦੇ ਵਿੱਚ ਆਪਣੀ ਆਪਣੀ ਲਾਈਨ ਦੇ ਵਿੱਚ ਹਰੇਕ ਕੋਈ ਬੰਦਾ ਸਿੱਖ ਰਿਹਾ, ਬਹੁਤ ਵਧੀਆ ਲੱਗਦਾ। ਥੈਂਕ ਯੂ। ਸੁਣਾਓ ਜੀ, ਗਾਉਣੇ ਵੀ ਉਹਨਾਂ ਨਾਲ? ਹਾਂਜੀ ਹਾਂਜੀ। ਕੀ ਬਾਤ ਹੈ ਜੀ। ਜਦੋਂ ਤੂੰ ਹੱਸਦੀ ਏ ਬੁਲੀਆਂ ਚੋਂ ਫੁੱਲ ਤੇਰੇ ਕਿਰਦੇ ਆ, ਤੇਰੀ ਮੱਥੇ ਵਾਲੀ ਲੱਟ ਨੇ ਆਸ਼ਿਕ ਮਾਰੇ ਨੀ, ਹੁਣ ਨਾ ਤੇਰੇ ਬਾਜੋਂ ਰਹਿ ਹੁੰਦਾ ਬਸ ਮੈਥੋਂ ਨੀ। ਹੁਣ ਤੂੰ ਹੀ ਦੱਸ ਦੇ ਕਿੰਜ ਰਹੀਏ ਮੁਟਿਆਰੇ ਨੀ, ਉਹ ਤੇਰੀ ਦੁਨੀਆ ਹੋ ਰਹਿ ਵਸਦੀ ਸੱਜਣਾ ਮੇਰੇ ਆਵੇ, ਪਰ ਮੇਰੀ ਦੁਨੀਆ ਤੂੰ ਨਾ ਤੇਰੇ ਜਿਹਾ ਲੱਭਣਾ ਵੇ, ਤੇਰੀ ਦੁਨੀਆ ਹੋ ਰਿਹਾ ਵਸਦੀ ਸੱਜਣਾ ਮੇਰੇ ਆਵੇ, ਪਰ ਮੇਰੀ ਦੁਨੀਆ ਤੂੰ ਨਾ ਤੇਰੇ ਜਿਹਾ ਲੱਭਣਾ ਵੇ। ਜਦ ਤੋਂ ਦੇਖਿਆ ਤੈਨੂੰ ਔਖੇ ਦਿਨ ਗੁਜ਼ਾਰੇ ਮੈਂ, ਹਰ ਰਾਤ ਗੁਜ਼ਾਰੀ ਕੱਲਿਆਂ ਗਿਣ ਗਿਣ ਤਾਰੇ ਨੀ, ਜਦੋਂ ਤੂੰ ਹੱਸਦੀ ਏ ਬੁਲੀਆਂ ਚੋਂ ਫੁੱਲ ਤੇਰੇ ਕਿਰਦੇ ਆ, ਤੇਰੀ ਮੱਥੇ ਵਾਲੀ ਲੱਟ ਨੇ ਆਸ਼ਿਕ ਮਾਰੇ ਨੀ, ਹੁਣ ਨਾ ਤੇਰੇ ਬਾਜੋਂ ਰਹਿ ਹੁੰਦਾ ਬਸ ਮੈਥੋਂ ਨੀ, ਹੁਣ ਤੂੰ ਹੀ ਦੱਸ ਦੇ ਕਿੰਜ ਰਹੀਏ ਮੁਟਿਆਰੇ ਨੀ। ਮੇਰੇ ਦਿਲ ਦੀ ਧੜਕਣ ਬਣ ਗਈ ਏ, ਮੇਰੇ ਸਾਹਾਂ ਦੇ ਵਿੱਚ ਵਸ ਗਈ ਤੂੰ, ਸੋ ਰੱਬ ਦੀ ਦੁੱਖ ਟੁੱਟ ਜਾਂਦੇ ਨੇ ਜਦ ਨੀਵੀਂ ਪਾ ਕੇ ਹੱਸਦੀ ਤੂੰ, ਉਹ ਮੇਰੇ ਦਿਲ ਦੀ ਧੜਕਣ ਬਣ ਗਈ ਏ, ਮੇਰੇ ਸਾਹਾਂ ਦੇ ਵਿੱਚ ਵਸ ਗਈ ਤੂੰ, ਸੋ ਰੱਬ ਦੀ ਦੁੱਖ ਟੁੱਟ ਜਾਂਦੇ ਨੇ ਜਦ ਨੀਵੀਂ ਪਾ ਕੇ ਹੱਸਦੀ, ਹੁਣ ਤਾਂ ਕਰਦੇ ਤੂੰ ਹੁਸਨ ਦੀ ਏ ਸਰਕਾਰੇ ਨੀ, ਤੇਰੇ ਨਾਲ ਜੁੜੇ ਚਾ ਜ਼ਿੰਦਗੀ ਦੇ ਹੁਣ ਸਾਰੇ ਨੀ, ਜਦੋਂ ਤੂੰ ਹੱਸਦੀ ਏ ਬੁਲੀਆਂ ਚੋਂ ਫੁੱਲ ਤੇਰੇ ਕਿਰਦੇ ਆ, ਤੇਰੀ ਮੱਥੇ ਵਾਲੀ ਲੱਟ ਨੇ ਆਸ਼ਿਕ ਮਾਰੇ ਨੀ, ਹੁਣ ਨਾ ਤੇਰੇ ਬਾਜੋਂ ਰਹਿ ਹੁੰਦਾ ਬਸ ਮੈਥੋਂ ਨੀ, ਹੁਣ ਤੂੰ ਹੀ ਦੱਸ ਦੇ ਕਿੰਜ ਰਹੀਏ ਮੁਟਿਆਰੇ ਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੂੰ ਬੁਲਾਇਆ ਜੀ, ਮੈਂ ਕਿਹਾ ਇਹਨਾਂ ਨੂੰ ਬੁਲਾਇਆ ਜੀ, ਤੁਸੀਂ ਪੈਸੇ ਕੱਢ ਜੋ ਜੀ। ਹਾਂਜੀ ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਿੱਥੋਂ ਜੀ? ਹਕੀਮਪੁਰ ਤੋਂ। ਇਹ ਕਿੱਥੇ ਗਏ ਜੀ? ਇੱਥੇ ਮੁਕੰਦਪੁਰ ਦੇ ਨਾਲ ਹੀ ਆ। ਅੱਛਾ ਜੀ, ਅੱਛਾ, ਮੈਂ ਸੋਚਿਆ। ਠੀਕ ਹੈ ਜੀ। ਕੋਰਸ ਕਿਹੜਾ ਤੁਹਾਡਾ? ਸਰ BCOM। ਕਿਹੜਾ ਈਅਰ? ਸੈਕਿੰਡ ਈਅਰ। ਸੈਕਿੰਡ ਈਅਰ, ਕੀ ਬਣਨਾ ਜੀ? ਏਮ ਕੀ ਹੈ ਜ਼ਿੰਦਗੀ ਦਾ? ਬੈਂਕ ਮੈਨੇਜਰ। ਬੈਂਕ ਮੈਨੇਜਰ, ਇਹਦੇ ਵੱਲ ਦੇਖ ਕੇ ਕਿਉਂ ਗਿਆ? ਪਰਿਵਾਰ ਚ ਕੌਣ ਕੌਣ? ਪਰਿਵਾਰ ਚ ਸਰ ਮੈਂ ਆਪਣੇ ਨਾਨਕੇ ਰਹਿੰਦੀ ਹਾਂ। ਅੱਛਾ ਜੀ, ਬਹੁਤ ਵਧੀਆ ਗੱਲ ਹੈ ਜੀ, ਨਾਨਕੇ ਰਹਿੰਦੇ ਹੋ। ਹਾਂਜੀ, ਪਰਿਵਾਰ ਚ ਹੈਗੇ ਮੰਮਾ ਪਾਪਾ ਬ੍ਰਦਰ ਸਿਸਟਰ। ਓਕੇ, ਤੇ ਨਾਨਕੇ ਪਰਿਵਾਰ ਚ ਇੱਥੇ ਕੌਣ ਕੌਣ? ਨਾਨਕੇ ਪਰਿਵਾਰ ਚ ਦੋ ਮਾਮਾ ਜੀ ਆ, ਮਾਮੀ ਜੀ ਹੋਣੀ ਤੇ ਨਾਨੀ ਜੀ। ਦੋ ਮਾਮਾ ਜੀ, ਦੋ ਮਾਮੀ ਜੀ ਤੇ ਦੋ ਨਾਨੀ ਜੀ। ਹਾਂਜੀ। ਅੱਛਾ ਜੀ, ਇਹ ਹਾਂਜੀ ਹਾਂਜੀ ਕਰੀ ਜਾਵੇ। ਹਾਂਜੀ ਹਾਂਜੀ। ਅੱਛਾ, ਦੋ ਮਾਮਾ ਜੀ। ਹਾਂਜੀ। ਤੇ ਕਿੰਨੀਆਂ ਮਾਮੀ ਜੀ? ਦੋ। ਅੱਛਾ ਜੀ, ਨਾਨੀ ਜੀ ਇੱਕੋ ਹੀ ਨੇ ਜੀ? ਹਾਂਜੀ। ਬਹੁਤ ਵਧੀਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਹੋ ਮੇਰੇ ਵੱਲੋਂ। ਹਾਂਜੀ ਠੀਕ ਹੈ, ਤੁਸੀਂ ਕਹਿ ਦੋ ਆਪ ਹੀ ਕਹਿ ਦੋ। ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਨਾਨਕੇ ਪਰਿਵਾਰ ਨੂੰ। ਤੇ ਹਾਂਜੀ, ਤੁਸੀਂ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਆਪਣੇ ਘਰ ਰਹਿੰਦੇ ਕਿ ਨਾਨਕੇ ਜੀ? ਨਹੀਂ, ਮੈਂ ਆਪਣੇ ਘਰ ਰਹਿੰਦੀ। ਬੜੀ ਵਧੀਆ ਗੱਲ ਸੁਣਾਈ, ਸਾਰਿਆਂ ਨੂੰ ਆ ਗਏ। ਮੈਂ ਆਪਣੇ ਘਰੇ ਰਹਿੰਦੀ ਹਾਂ।
ਮੈਂ ਕਿਹਾ ਸ਼ਾਇਦ ਨਾ ਤੁਸੀਂ ਕਹਿੰਦੇ ਹੋ ਨਾ ਕਿ ਉਹਦੀ ਫਰੈਂਡ ਵੀ ਇਹਦਾ ਨਾਨਕੇ ਰਹਿੰਦੀ ਆ। ਸਹੀ ਗੱਲ। ਹਾਂਜੀ ਹਾਂਜੀ, ਕੀ ਨਾਂ ਤੁਹਾਡਾ? ਮਨਜੀਤ ਕੌਰ। ਹਾਂਜੀ ਮਨਜੀਤ ਕੌਰ। ਮਨਜੀਤ ਕੌਰ, ਓਕੇ ਜੀ। ਤੁਹਾਡਾ ਘਰ ਕਿੱਥੇ ਹੈ ਜੀ? ਅਜੇ ਮੁਕੰਦਪੁਰੀ ਨਹੀਂ। ਹਾਂਜੀ ਟੱਕ ਮੀਰਾ। ਅੱਛਾ ਅੱਛਾ, ਪਰਿਵਾਰ ਚ ਕੌਣ ਕੌਣ ਹੈ ਜੀ? ਮਾਈ ਸੈਲਫ, ਮਾਈ ਪੇਰੈਂਟਸ। ਨਹੀਂ ਕੋਈ ਨਹੀਂ ਕੋਈ ਨਹੀਂ, ਪੰਜਾਬੀ ਦੱਸੋ ਜੀ। ਪੰਜਾਬੀ ਸ਼ੋਅ ਹੈ, ਪਰਿਵਾਰਕ ਸ਼ੋਅ ਹੈ, ਮਾਈ ਸੈਲਫ ਪੂਈ ਸੈਲਫ ਛੱਡੋ ਜੀ। ਇੱਕ ਮੇਰੀ ਭੈਣ ਆ। ਇੱਕ ਤੁਸੀਂ ਹੋ ਗਏ ਜੀ? ਤੇ ਇੱਕ ਮੇਰੇ ਭਰਾ ਹੈ, ਬਾਹਰ ਆ। ਅੱਛਾ ਜੀ, ਤੇ ਬਾਹਰ ਕਿੱਥੇ ਆ? ਮੇਹਨਤ ਕਰ ਰਿਹਾ, ਬਹੁਤ ਵਧੀਆ ਜੀ। ਸਾਨੂੰ ਸਾਰੇ ਪਰਿਵਾਰ ਨੂੰ ਮਾਣ ਆ ਉਹਨਾਂ ਤੇ। ਤੁਹਾਡਾ ਕੀ ਏਮ ਹੈ ਜੀ? ਮੇਰਾ ਏਮ ਆ, ਮੈਂ ਕੈਨੇਡਾ ਜਾਣਾ। ਅੱਛਾ ਕੈਨੇਡਾ ਜਾਣਾ ਹੈ। ਅੱਛਾ ਅੱਛਾ, ਆਈਲੈਟਸ ਹੋ ਗਈ ਤੁਹਾਡੀ? ਨਹੀਂ ਕਰਨੀ ਆ। ਕਰਨੀ ਆ? ਹਾਂਜੀ। ਸੌਖੀ ਹੋਈ ਆ ਉਹ ਤਾਂ, ਉਹ ਬੱਟ ਤੇ ਪੈ ਜਾਂਦੇ ਨੇ 8-8 ਬੈਂਡ ਤੋਂ, ਕੋਈ ਚੱਕਰ ਨਹੀਂ ਹੈਗਾ। ਹਾਂਜੀ ਹਾਂਜੀ ਹਾਂਜੀ। ਕੈਨੇਡਾ ਕਿੱਥੇ ਜਾਣਾ ਜੀ? ਟੋਰਾਂਟੋ ਵਾਲੇ ਪਾਸੇ ਜਾਣਾ ਹੈ, ਸਰੀ ਵਾਲੇ ਪਾਸੇ ਜਾਣਾ ਹੈ, ਮਾਉਂਟਰੀਅਲ ਜਾਣਾ ਹੈ? ਇੰਡੀਆ ਤੋਂ ਤਾਂ ਨਿਕਲੀ ਹੈ, ਇੰਡੀਆ ਤੋਂ ਨਿਕਲੋ ਜੀ। ਕੈਨੇਡਾ ਪੈਰ ਲਵਾ ਦੋ, ਮੁੜ ਕੇ ਨਹੀਂ ਮੁੜਦੇ ਹੈ। ਹੋਰ ਕੀ ਸੁਣਾਓਗੇ ਜੀ? ਡਾਂਸਿੰਗ। ਡਾਂਸਿੰਗ ਸੁਣਾਓਗੇ? ਹਾਂਜੀ ਦੋਨੇ। ਜੇ ਤੁਸੀਂ ਡਾਂਸਿੰਗ ਸੁਣਾਓਗੇ ਫੇਰ ਰਿਹਾਇਲਟ ਹੁੰਦੀ ਜੀ। ਗੀਤ ਸੁਣਾ ਦਿੰਦੇ, ਡਾਂਸਿੰਗ ਕਰਕੇ ਦਿਖਾਉਂਦੇ ਆ। ਅੱਛਾ ਫੇਰ ਡਾਂਸ ਕਰਕੇ ਦਿਖਾਓਗੇ? ਹਾਂਜੀ ਹਾਂਜੀ। ਮੁਕੰਦਪੁਰ ਚ ਰੌਣਕਾਂ ਲੱਗੀਆਂ ਨੇ, ਅੱਗੇ ਗੱਲਬਾਤ ਕਰਦੇ ਹਾਂ ਜੀ। ਆਹੋ ਜੀ, ਕੀ ਨਾਂ ਹੈ ਜੀ? ਮੋਹਿਤ ਭਾਜੀ। ਮੋਹਿਤ ਭਾਜੀ, ਹਾਂਜੀ। ਮੋਹਿਤ ਭਾਜੀ, ਹੋਰ ਕੀ ਹਾਲ ਚਾਲ ਹੈ ਜੀ? ਬਸ ਵਧੀਆ ਭਾਜੀ। ਬਹੁਤ ਵਧੀਆ ਡਰੈਸ ਅਪ। ਥੈਂਕ ਯੂ ਭਾਜੀ। ਦੂਜਾ ਥੋੜਾ ਪੌਪ ਅਪ ਜਿਹਾ, ਹਿਪ ਹੌਪ ਵਾਲਾ। ਮੈਂ ਜਲੂਸ ਹੀ ਪਸੰਦ ਕਰਦਾ ਯਾਰ। ਨਾ ਵਧੀਆ ਹੈ, ਜਲੂਸ ਨਹੀਂ ਹੈਗਾ, ਬਹੁਤ ਵਧੀਆ ਹੈ। ਹਾਂਜੀ, ਮੈਨੂੰ ਤਾਂ ਵਧੀਆ ਲੱਗ ਰਿਹਾ। ਥੈਂਕ ਯੂ ਭਾਜੀ। ਸਟਾਈਲਿਸ਼। ਥੈਂਕ ਯੂ। ਕੀ ਸੁਣਾਓਗੇ ਜੀ? ਭਾਜੀ ਗੀਤ। ਓਕੇ ਜੀ, ਸੁਣਾਓ। ਉਹ ਤੇਰੀ ਫੇਕ ਜਹੀ ਤੱਕਣੀ ਤੇ ਡੁੱਲ ਗਿਆ ਸੀ, ਉਹ ਮੈਂ ਤਾਂ ਡੁੱਲ ਗਿਆ ਸੀ। ਟੁੱਟਦੇ ਨੇ ਦਿਲ ਇਸ਼ਕਾਂ ਦੇ ਵੜੇ ਆ ਕੇ, ਇਹ ਵੀ ਭੁੱਲ ਗਿਆ ਸੀ। ਨੀ ਮੈਂ ਤਾਂ ਭੁੱਲ ਗਿਆ ਸੀ, ਉਹ ਸਾਨੂੰ ਸੋਹਣੇ ਜਿਹੇ ਨੈਣਾਂ ਚ ਵਸਾ ਕੇ, ਸੋਹਣੇ ਜਿਹੇ ਨੈਣਾਂ ਚ ਵਸਾ ਕੇ ਤੂੰ ਗੰਦਾ ਜਿਹਾ ਮਖੌਲ ਕਰ ਗਈ। ਉਹ ਕੁੜੀ ਟੌਪ ਪੁਲਰ ਮਤ ਹੋ, ਦਿਲ ਸਾਡੇ ਨਾਲ ਕਲੋਲ ਕਰ ਗਈ। ਉਹ ਕੁੜੀ ਟੌਪ ਪਲੇਰ ਮਿੱਤਰੋ, ਦਿਲ ਸਾਡੇ ਨਾਲ ਕਲੋਲ ਕਰ ਗਈ। ਹਾਏ ਬੜਾ ਸਮਝ ਆਇਆ ਦਿਲ ਚੰਦਰੇ ਨੂੰ, ਇਹ ਵੀ ਸਾਲਾ ਮੰਨਿਆ ਹੀ ਨਹੀਂ, ਸਾਲਾ ਮੰਨਿਆ ਹੀ ਨਹੀਂ। ਕਹਿੰਦਾ ਮੈਨੂੰ ਤੋੜਨ ਵਾਲਾ ਅੱਜ ਤਾਈ ਜੰਮਿਆ ਹੀ ਨਹੀਂ, ਹੁਣ ਟੁਕੜੇ ਵੀ ਲੱਭਦੇ ਨਾ, ਹਾਏ ਟੁਕੜੇ ਵੀ ਲੱਭਦੇ ਨਾ, ਐਸਾ ਗੱਲਾਂ ਵਿੱਚ ਗੋਲ ਕਰ ਗਈ। ਉਹ ਕੁੜੀ ਟੌਪ ਪਲੇਅਰ ਮਿੱਤਰੋ, ਦਿਲ ਸਾਡੇ ਨਾਲ ਕਲੋਲ ਕਰ ਗਈ। ਉਹ ਕੁੜੀ ਟੌਪ ਪਲੇਅਰ ਮਿੱਤਰੋ, ਦਿਲ ਸਾਡੇ ਨਾਲ ਕਲੋਲ ਕਰ ਗਈ। ਹਾਏ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਂ ਹੈ ਜੀ? ਰਾਜ ਲੂਇਸ। ਰਾਜ ਲੂਇਸ। ਰਾਜ ਲੂਇਸ, ਕਿੱਥੇ ਕਿੱਥੇ ਜਨਮ ਕਿੱਥੇ ਹੋਇਆ? ਘਰ 'ਚ। ਅੱਛਾ ਘਰ 'ਚ, ਓਕੇ ਓਕੇ। ਕਈ ਹਸਪੀਟਲ ਵੀ ਜੰਮੇ ਹੁੰਦੇ ਨੇ ਨਾ? ਨਹੀਂ ਨਹੀਂ, ਘਰ 'ਚ। ਅੱਛਾ ਤੁਸੀਂ ਘਰੇ ਜੰਮੇ ਜੀ? ਹਾਂਜੀ। ਬਹੁਤ ਵਧੀਆ ਬਹੁਤ ਵਧੀਆ। ਕਿੱਥੇ ਜੀ, ਘਰ ਕਿੱਥੇ ਹੈ? ਘਰੇ, ਉੱਥੇ ਪਿੰਡ ਹੈ ਜੀ। ਅੱਛਾ ਪਿੰਡ ਹੀ ਹੋਇਆ ਫਿਰ ਜਨਮ? ਹਾਂਜੀ। ਬਹੁਤ ਵਧੀਆ। ਕਿੰਨੇ ਭੈਣ ਭਰਾ? ਹੈਂ, ਉਹ ਤੁਹਾਡੇ ਪੁੱਛਿਆ ਲੋਕਾਂ ਦੇ ਨੀ? ਚਾਰ ਚਾਰ। ਚਾਰ ਚਾਰ ਅੱਠ ਹੋ ਗਏ? ਨਹੀਂ, ਚਾਰ ਹੋਰ। ਚਾਰ ਹੋਰ? ਹਾਂਜੀ। ਹੋਰ ਅਜੇ ਆ ਰਹੇ ਨੇ? ਹਾਂਜੀ ਹਾਂਜੀ। ਅੱਛਾ ਚਾਰ ਤੁਸੀਂ ਹੈਗੇ ਹੋ, ਚਾਰ ਹੋਰ ਆ ਰਹੇ ਨੇ? ਨਹੀਂ, ਚਾਰ ਅੱਠ ਹੈਗੇ, ਅੱਠ ਹੋਰ ਆ ਰਹੇ। ਅੱਠ ਅੱਠ ਭੈਣ ਭਰਾ ਹੈਗੇ, ਉਹ ਅੱਠ ਹੋਰ ਆ ਰਹੇ? ਹਾਂਜੀ। ਤੁਹਾਨੂੰ ਕਿਵੇਂ ਪਤਾ ਵੀ ਅੱਠ ਹੋਰ ਆ ਰਹੇ ਨੇ? ਦੱਸਿਆ ਸੀਗਾ ਕਿਸੇ ਨੇ ਹੀ। ਅੱਛਾ ਕਿਸੇ ਨੇ ਦੱਸਿਆ ਸੀਗਾ? ਹਾਂਜੀ, ਵੀ ਅੱਠ ਭੈਣ ਭਰਾ ਹੋਰ ਆ ਰਹੇ ਨੇ। ਹਾਂਜੀ, ਕਿਆ ਬਾਤ ਹੈ ਯਾਰ, ਇਹ ਵੀ ਦੱਸਣ ਨਾਲ ਕਮਾਲ ਹੋ ਗਿਆ। ਨਾ ਤੁਸੀਂ ਬੜੀ ਰੱਖੋ ਜੀ, ਕਿਵੇਂ?
ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਫੁੱਲ ਸਾ ਹੈ ਖਿਲਾ ਅੱਜ ਦਿਨ ਅੱਜ ਤਾਂ ਬੱਦਲ ਨੇ ਫਿਰ ਮੈਰਿਜ ਹੀ ਹੋਊ ਫਿਰ ਅੱਛਾ ਹੁਣ ਆਈ ਹੈ ਨਾ ਫਿਰ ਅੱਛਾ ਅੱਛਾ ਚਲੋ ਚਲੋ ਚੱਕ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਚੱਕ ਤੂੰ ਚੱਕ ਅੱਠ ਭੈਣ ਭਰਾ ਅੱਠ ਹੋਰ ਆ ਰਹੇ ਨੇ ਕਿਆ ਬਾਤ ਹੈ ਅੱਠ ਭੈਣ ਭਰਾ ਅੱਠ ਹੋਰ ਆ ਰਹੇ ਨੇ ਓ ਰੱਬਾ ਮੇਰੇ ਦਿਨ ਨਾ ਡਰ ਹਾਂ ਹਾਂ ਓ ਰੱਬਾ ਮੇਰੇ ਦਿਨ ਨਾ ਜੇ ਡਲੇ ਵੋ ਜੋ ਮੁਝੇ ਖਾਬ ਮੇ ਮਿਲੇ ਉਸੇ ਤੂੰ ਲਗਾ ਦੇ ਅਬ ਗਲੇ ਤੈਨੂੰ ਦਿਲ ਦਾ ਵਾਸਤਾ ਓ ਰੱਬਾ ਅਧਰ ਪਿਆਰ ਕੇ ਸਾਰਾ ਜਾਂ ਛੋੜ ਛਾੜ ਕੇ ਮੇਰੇ ਸੁਪਨੇ ਸਵਾਰ ਦੇ ਤੈਨੂੰ ਦਿਲ ਦਾ ਵਾਸਤਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੀਜੀ ਵਾਰੀ ਲੱਗਾ ਹੁਣ ਤੁਸੀਂ ਤੀਜੀ ਵਾਰੀ ਮੋੜਤਾ ਨਾ 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 ਉਹ ਪਹਿਲਾਂ ਤੁਸੀਂ ਵੀਰੇ ਨਾਲ ਆਉਣ ਲੱਗੇ ਸੀ ਫਿਰ ਮੈਂ ਕਿਹਾ ਮੈਂ ਇਕੱਲੇ ਇਕੱਲੇ ਨੂੰ ਸੱਦੂਗਾ ਬਸ ਫਿਰ ਹਾਂਜੀ ਹਾਂਜੀ ਕੀ ਨਾਮ ਹੈ ਜੀ ਪ੍ਰਭਜੋਤ ਸਿੰਘ ਜੀ ਓਕੇ ਜੀ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਫਗਵਾੜੇ ਤੋਂ ਜੀ ਫਗਵਾੜੇ ਤੋਂ ਕੀ ਸ਼ੌਂਕ ਨੇ ਜੀ ਮੈਂ ਜੀ ਮਿਊਜ਼ਿਕ ਕਰਦਾ ਇੱਥੇ ਸ਼ਮਸ਼ਾਦਰੀ ਸਰ ਕੋਲ ਸਿੱਖਣ ਆਉਣਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਲਿਖਦਾ ਵੀ ਆਪ ਹੈ ਜੀ ਆਪਣਾ ਗਾਣਾ ਸੁਣਾਓ ਸੁਣਾਓ ਜੀ ਸੁਣਾਓ ਤੁਸੀਂ ਸਾਰੇ ਜਣੇ ਬਹੁਤ ਲੱਕੀ ਹੋ ਮਿਊਜ਼ਿਕ ਵਾਲੇ ਕਿ ਇੰਨੇ ਵਧੀਆ ਉਸਤਾਦ ਟੀਚਰ ਇੰਨੇ ਵਧੀਆ ਗੁਰੂ ਤੁਹਾਨੂੰ ਕਾਲਜ ਦੇ ਇਹਨਾਂ ਲਈ ਇਹਨਾਂ ਕਰਕੇ ਆਉਣੇ ਇੱਥੇ ਕਾਲਜ ਇਹਨਾਂ ਕਰਕੇ ਹੀ ਲੱਗੇ ਮੈਂ ਕਿਹਾ ਫਗਵਾੜੇ ਲੋਕ ਤਾਂ ਲਾਹੌਰ ਤੋਂ ਆਉਣ ਨੂੰ ਤਿਆਰ ਹੈ ਸੋ ਸੁਣਾਓ ਜੀ ਬਹੁਤ ਵਧੀਆ ਇੱਥੇ ਰੋਜ਼ ਕਲਾਕਾਰੀ ਉੱਗਦੇ ਇਹ ਕਲਾਕਾਰੀ ਸਾਥੋਂ ਦੂਰੇ ਹੋ ਇੱਥੇ ਰੋਜ਼ ਹੀ ਸਟਾਰੀ ਉੱਗਦੇ ਇਹ ਸਟਾਰੀ ਮੈਥੋਂ ਦੂਰੇ ਹੋ ਨਾ ਮੈਂ ਸੁਰ ਪੱਖੋਂ ਪੱਕਾ ਨਾ ਮੇਰੀ ਕਲਮ ਚ ਜਾਨ ਹੈ ਗੁਮਨਾਮ ਖਰੇ ਬੈਠੇ ਤੂੰ ਦੱਸ ਤੇ ਚ ਕੀ ਸਿਆਣੇ ਹੋ ਨਾ ਮੈਂ ਸੁਰ ਪੱਖੋਂ ਪੱਕਾ ਤੇ ਨਾ ਮੇਰੀ ਕਲਮ ਚ ਜਾਨ ਇੱਥੇ ਗੁਮਨਾਮ ਖਰੇ ਬੈਠੇ ਤੂੰ ਦੱਸ ਤੇ ਚ ਕੀ ਸਿਆਣੇ ਹੋ ਤੈਨੂੰ ਸੁਣ ਕੇ ਜੋ ਵਾ ਵਾਇਆ ਕਰਦੀ ਤੈਨੂੰ ਸੁਣ ਕੇ ਜੋ ਵਾ ਵਾਇਆ ਕਰਦੀ ਬਸ ਇੱਕੋ ਤੇਰੀ ਹੂਰੇ ਇੱਥੇ ਰੋਜ਼ ਕਲਾਕਾਰੀ ਉੱਗਦੇ ਕਲਾਕਾਰੀ ਸਾਥੋਂ ਦੂਰੇ ਇੱਕ ਆਖਰੀ ਅੰਤਰਾ ਮੈਂ ਆਪਣੀ ਇੰਸਪੀਰੇਸ਼ਨ ਮੰਨਦਾ ਰਣਜੀਤ ਬਾਬਾ ਜੀ ਜਦੋਂ ਤੁਸੀਂ ਖੜੇ ਸੀਗੇ ਇੱਥੇ ਮੈਂ ਸੋਚ ਸੀਗਾ ਵੀ ਆਹ ਮੁੰਡਾ ਸ਼ਰਾਰਤੀ ਜਿਹਾ ਹੈ ਵੀ ਇਹ ਇੰਨੀ ਸੋਹਣੀ ਕਲਮ ਲਿਖ ਨਹੀਂ ਸਕਦਾ ਇੰਨੀ ਡੰਗਾਈ ਦੇ ਵਿੱਚ ਸੋਚ ਨਹੀਂ ਸਕਦਾ ਪਰ ਬਹੁਤ ਸੋਹਣੀਆਂ ਤੁੱਕਾਂ ਜੋੜੀਆਂ ਆਪ ਲਿਖਿਆ ਬਹੁਤ ਸੋਹਣਾ ਜ਼ੋਰਦਾਰ ਤਾੜੀਆਂ ਮੇਰੇ ਆਖਰੀ ਪੈਰਾ ਮੈਂ ਰਣਜੀਤ ਬਾਬਾ ਜੀ ਨੂੰ ਬਹੁਤ ਮੰਨਦਾ ਉਹਨਾਂ ਨੇ ਬਹੁਤ ਸਟਰਗਲ ਕੀਤਾ ਉਹਨਾਂ ਤੇ ਲਿਖਿਆ ਕਹਿੰਦਾ ਹਾਂਜੀ ਹਾਂਜੀ ਡਾਊਨ ਟੂ ਅਰਥ ਹੋ ਬਾਬਾ ਮਿਹਨਤ ਨਾ ਉੱਠਿਆ ਮੈਂ ਫੋਲੋ ਦਿਲੋਂ ਨੂੰ ਕਰਦਾ ਮੈਂ ਪਿਆ ਰੁਕਿਆ ਨਾ ਮੁੱਕਿਆ ਹੁਣ ਉਹਦੇ ਵਾਂਗੂ ਕੁਝ ਮੈਂ ਬਣਨਾ ਉਹਦੇ ਵਾਂਗੂ ਕੁਝ ਕਰਕੇ ਦਿਖਾਉਣਾ ਏ ਟੇਪ ਕੱਢਣੀ ਜ਼ਰੂਰੇ ਇੱਥੇ ਰੋਜ਼ ਕਲਾਕਾਰ ਉੱਗਦੇ ਇਹ ਕਲਾਕਾਰੀ ਸਾਥੋਂ ਦੂਰੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਨਮਰਤਾ ਹਾਂਜੀ ਨਮਰਤਾ ਦੱਤਾ ਅੱਛਾ ਜੀ ਹਾਂਜੀ ਨਮਰਤਾ ਦੱਤਾ ਹਾਂਜੀ ਓਕੇ 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 ਸਕੈਚ ਲੈ ਕੇ ਆਏ ਹੋ ਹਾਂਜੀ ਇਕੱਠਿਆਂ ਨੇ ਬਣਾਇਆ ਤੁਹਾਡੇ ਅਸੀਂ ਬਹੁਤ ਵੱਡੇ ਫੈਨ ਆ ਦਿਖਾਇਓ ਜੀ ਕਿਆ ਬਾਤ ਹੈ ਕਿਆ ਬਾਤ ਹੈ ਨਮਰਤਾ ਦੱਤਾ ਜੜਾ ਲਿਆਂਦੇ ਗੱਤਾ ਹੋਰ ਕੀ ਸੁਣਾਓਗੇ ਜੀ ਦੱਤਾ ਜੀ ਸਰ ਮੈਨੂੰ ਸਿੰਗਿੰਗ ਦਾ ਕੋਈ ਸ਼ੌਂਕ ਨਹੀਂ ਨਾ ਮੈਨੂੰ ਡਾਂਸਿੰਗ ਦਾ ਮੈਨੂੰ ਕੁਕਿੰਗ ਦਾ ਆ ਹਾਂਜੀ ਹਾਂਜੀ ਕੁਕਿੰਗ ਦਾ ਮੈਂ ਕੁਕਿੰਗ ਕਰਕੇ ਦਿਖਾਵਾਂ ਅੱਛਾ ਕਿਹੜੀ ਸਬਜ਼ੀ ਰਾਤ ਬਣਾਈ ਤੁਸੀਂ ਰਾਤੀ ਤਾਂ ਮੈਂ ਗੋਭੀ ਆਲੂ ਬਣਾਏ ਸੀ ਆਲੂ ਗੋਭੀ ਕੇ ਗੋਭੀ ਆਲੂ ਸਰ ਤਾਂ ਇੱਕੋ ਚੀਜ਼ ਹੁੰਦੀ ਆ ਸਰ ਹੁੰਦੀ ਤਾਂ ਇੱਕੋ ਚੀਜ਼ ਆ ਹੁੰਦੀ ਦੇਖੋ ਜੇ ਤਾਂ ਆਲੂ ਗੋਭੀ ਹੈ ਇਹਦਾ ਮਤਲਬ ਆਲੂ ਘੱਟ ਗੋਭੀ ਜ਼ਿਆਦਾ ਨਹੀਂ ਜੀ ਅਸੀਂ ਇਕੱਠੀਆਂ ਹੀ ਪਾਉਂਦੇ ਆ ਦੋਨੋਂ ਨਹੀਂ ਹੁਣ ਆਲੂ ਗੋਭੀ ਸੀ ਕਿ ਗੋਭੀ ਆਲੂ ਸਰ ਜੋ ਮਰਜ਼ੀ ਸਮਝ ਲਓ ਤੁਸੀਂ ਬਣਾਇਆ ਤੁਹਾਡੇ ਘਰੇ ਮੈਂ ਕਿਵੇਂ ਸਮਝਣਾ ਜੀ ਗੋਭੀ ਆਲੂ ਅੱਛਾ ਗੋਭੀ ਆਲੂ ਹਾਂਜੀ ਨਾਲ ਦਾਲ ਸੀ ਨਹੀਂ ਗੋਭੀ ਆਲੂ ਕੱਲਾ ਉਹ ਦਾਲ ਦੁੱਧ ਬਣਾਇਆ ਕਰ ਰਾਤ ਨੂੰ ਸਰ ਇੱਕ ਚੀਜ਼ ਸਬਜ਼ੀ ਬਹੁਤ ਹੁੰਦੀ ਆ ਦੋ ਚੀਜ਼ਾਂ ਬਣਾਉਂਦੇ ਹੁੰਦੇ ਨਾਲੇ
ਸਰ ਅਸੀਂ ਇੱਦਾਂ ਨਹੀਂ ਬਣਾਉਂਦੇ ਹੈਗੇ, ਇੱਕੋ ਟਾਈਮ ਬਣਾਉਂਦੇ ਆ। ਇੱਕੋ ਟਾਈਮ ਇੱਕੋ ਚੀਜ਼? ਹਾਂਜੀ। ਦੁਪਹਿਰੇ ਕੀ ਬਣਿਆ ਫਿਰ? ਰਾਜਮਾ ਬਣੇ ਸੀ। ਰਾਜਮਾ ਫਿਰ ਚੌਲਾਂ ਨਾਲ ਖਾਦੇ ਕਿ ਫੁਲਕਿਆਂ ਨਾਲ? ਦੋਨੀ ਖਾ ਲੈਂਦੇ ਆ ਅਸੀਂ। ਦੋਨੀ ਤਰ੍ਹਾਂ ਖਾ ਲੈਂਦੇ ਆ। ਮਤਲਬ ਦੁਪਹਿਰੇ ਕੀ ਬਣਿਆ ਕੱਲ ਤੁਹਾਡੇ? ਰਾਜਮਾ ਬਣੇ ਸੀ, ਰਾਤੀ ਗੋਭੀ ਆਲੂ ਬਣੇ ਸੀ। ਕੱਲ ਦੁਪਹਿਰੇ ਤੁਹਾਡੇ ਘਰੇ ਰਾਜਮਾ ਬਣੇ? ਬਣੇ। ਬੋਲੋ ਰਾਜਮਾ ਬਣੇ? ਰਾਜਮਾ ਬਣੇ, ਸੁਣਨਾ ਸਾਰੇ, ਰਾਜਮਾ ਬਣੇ। ਹਾਂ, ਐਡੀ ਮਹਿੰਗੀ ਚੀਜ਼ ਨਹੀਂ ਆ, ਸਾਰਿਆਂ ਦੇ ਘਰੇ ਬਣ ਜਾਂਦੇ ਨੇ। ਸਰ ਤੁਸੀਂ ਕਹਿੰਦੇ ਸਾਰਿਆਂ ਨੂੰ ਦੱਸੋ, ਮੈਂ ਤਾਂ ਉੱਚੀ ਦੱਸ ਦਿੰਨੀ ਆ। ਕੱਲ ਦੁਪਹਿਰੇ ਰਾਜਮਾ ਬਣੇ? ਹਾਂਜੀ। ਨਾਲ ਤੁਸੀਂ ਫੁਲਕੇ ਖਾਦੇ ਕਿ ਚੌਲ ਖਾਦੇ? ਚੋ ਮੈਂ ਤਾਂ ਚੌਲ ਖਾਦੇ, ਘਰਦਿਆਂ ਨੇ ਫੁਲਕੇ ਖਾਦੇ ਹੋਗੇ। ਖਾਓਗੇ ਕੀ ਮਤਲਬ? ਤੁਹਾਨੂੰ ਘਰਦਿਆਂ ਦਾ ਕੋਈ ਫਿਕਰ ਨਹੀਂ? ਰਾਜਮਾ ਬਣਾਏ ਸੀਗੇ, ਮੈਂ ਘਰ ਜਾ ਕੇ ਖਾਦੇ ਰਾਜਮਾ ਚਾਵਲ, ਘਰਦਿਆਂ ਨੇ ਖਾ ਲਈ ਸੀਗੀ, ਬਾਕੀਆਂ ਨੇ ਰੋਟੀ। ਉਹ ਪਹਿਲਾਂ ਹੀ ਖਾ ਲਈ ਮਤਲਬ? ਹਾਂਜੀ। ਓਕੇ ਓਕੇ, ਬਹੁਤ ਵਧੀਆ, ਸਮਝ ਆ ਗਿਆ। ਹੁਣ ਲੱਗੀ ਸਮਝ, ਹੁਣ ਲੱਗੀ। ਇਹਦੇ ਲਈ ਬਹੁਤ ਸਾਰਾ ਧੰਨਵਾਦ, ਗੋਡ ਬਲੈਸ ਯੂ। ਕੋਈ ਹੋਰ ਸੁਨੇਹਾ ਦੇਣਾ ਹੋਵੇ ਕੋਈ? ਸਰ ਮੈਂ ਤੁਹਾਡਾ ਵਿਆਹ ਵਾਲਾ ਗੜ ਬਹੁਤ ਸੋਹਣਾ ਲੱਗਦਾ, ਇੱਕ ਵਾਰ ਗਾ ਸਕਦੇ ਹਾਂ ਪਲੀਜ਼? ਮੈਂ ਸੁਣਾ ਦਿੰਦਾ ਜੀ, ਸੁਣਾ ਦਿੰਦਾ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਂ ਜੀ? ਕਾਜਲ। ਕਾਜਲ ਜੀ, ਤੁਹਾਡਾ ਜੀ? ਪ੍ਰਿਆ। ਪ੍ਰਿਆ ਜੀ, ਤੁਸੀਂ ਕਿਹੜੇ ਇਅਰ ਚੋਂ ਜੀ, ਕੀ ਪੜ੍ਹਦੇ ਹੋ? ਬੀਕੌਮ ਫਸਟ ਇਅਰ। ਕੀ ਸੁਣਾਉਂਗੇ ਜੀ? ਅਸੀਂ ਭੰਗੜਾ ਪਾਣਾ ਹੈ। ਮਗਰ ਡਾਂਗ ਲਈ ਆਉਂਦੇ ਨੇ ਨਾ, ਉੱਤੇ ਚੱਲ ਜਾਣਾ ਮੈਂ। ਆਇਓ ਆਇਓ, ਕਹਾਂ ਨਾ ਨਾ, ਆਓ ਆਓ ਆਓ। ਅੱਛਾ, ਟੀਮ ਆਈ ਹੈ ਭੰਗੜੇ ਦੀ? ਹਾਂਜੀ। ਬਹੁਤ ਵਧੀਆ। ਅੱਛਾ, ਕੀ ਸ਼ੌਂਕ ਨੇ ਤੁਹਾਡੇ? ਭੰਗੜੇ ਪਾ ਕੇ ਦਿਖਾਣਾ ਜੀ। ਅੱਛਾ, ਸਾਰੀ ਟੀਮ ਤੁਹਾਡੀ ਹੋਈ ਹੈ ਜੀ? 4 ਜਣੇ ਅਸੀਂ। 4 ਜਣੇ ਨਹੀਂ ਲੱਗ ਰਹੇ, ਮੈਨੂੰ ਤਾਂ ਵੱਧ ਲੱਗ ਰਹੇ। ਅੱਛਾ ਅੱਛਾ ਅੱਛਾ, ਲੈ ਗਈ ਕ੍ਰੈਡਿਟ, ਲੈ ਗਈ, ਮੈਂ ਹੈਡ ਆ। ਵਧੀਆ ਵਧੀਆ ਵਧੀਆ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਤੁਸੀਂ ਇੰਜੋਏ ਕਰੋ ਕੰਟੀਨਿਊ ਮੰਡੀਰ। ਥੈਂਕ ਯੂ ਸੋ ਮਚ, ਕਿੱਥੇ ਕਿੱਥੇ ਤਾੜੀ ਇੱਕ ਵਾਰੀ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸੋ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ ਮੁਕੰਦਪੁਰ 'ਚ ਰੌਣਕਾਂ ਲੱਗੀਆਂ ਨੇ ਜੀ। ਬਹੁਤ ਵਧੀਆ ਕੈਂਪਸ, ਟੈਲੈਂਟਡ ਬੱਚੇ ਔਰ ਸਿੱਖੇ ਹੋਏ ਬੱਚੇ, ਸਿੱਖ ਕੇ ਗਾਉਣ ਵਾਲੇ ਔਰ ਬਹੁਤ ਵਧੀਆ ਇੱਥੋਂ ਦੇ ਸਟੂਡੈਂਟ। ਆਓ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ? ਮੇਰਾ ਨਾਂ ਜੀ ਮਿਸਟਰ ਡੀਜੇ। ਡੀਜੇ ਡੀਜੇ, ਬਹੁਤ ਵਧੀਆ ਸਟਾਈਲ। ਮੈਨੂੰ ਲੱਗਦਾ ਵੀ ਰੈਪ, ਤੁਸੀਂ ਰੈਪ ਦਾ ਤੁਹਾਨੂੰ ਸ਼ੌਂਕ? ਹਾਂਜੀ ਭਾਜੀ। ਆ ਜਾਓ ਭਾਜੀ, ਕਿੱਥੇ ਰਹਿੰਦੇ, ਕਿੱਥੇ ਹੋ? ਰਹਿੰਦੇ ਜੀ ਪਿੰਡ 'ਚ ਜੀ। ਬਹੁਤ ਵਧੀਆ, ਪਿੰਡ ਕਿਹੜਾ? ਜਗਤਪੁਰ ਜੀ। ਜਗਤਪੁਰ, ਹਾਂਜੀ। ਲਓ ਜੀ, ਜਗਤਪੁਰ ਦਾ, ਜਗਤਪੁਰ ਜੱਟਾਂ ਦਾ ਡੀਜੇ। ਲਫ਼ਜ਼ਾਂ ਦਾ ਖੇਲ, ਅਲਫ਼ਾਜ਼ਾਂ ਦਾ ਮੇਲ, ਵੱਜਦੀ ਬੀਟ, ਮੈਂ ਬੀਟ ਪੀ ਕੇ ਗੱਡੀ ਦੀ ਸੀਟ 'ਚ ਲਿਖਦਾ ਗੀਤ, ਉਮੀਦ ਮੈਨੂੰ ਲੋਕਾਂ ਨੂੰ ਪਸੰਦ ਆਣ ਮੇਰੇ ਗੀਤ, ਮੇਰੇ ਗੀਤ ਸੁਣ ਲੋਕੀ ਸਿੱਖਦੇ ਇੱਥੇ ਦੀ ਰੀਤ, ਇਹ ਰਸਮ ਰਿਵਾਜ ਇਸ ਦੇਸ਼ ਦੇ, ਭੰਗ ਆਵੇ ਪੀਂਦੇ ਚਿੱਟਾ ਦੂਜਿਆਂ ਨੂੰ ਵੇਚਦੇ ਟੀਟ, ਗੱਲ ਗੱਲ ਤੇ ਗਾਲੀ ਗਲੋਚ, ਮੈਂ ਜਦੋਂ ਦਾ ਮੈਂ ਜੰਮੇ ਆ, ਮੈਂ ਘਰ ਵਾਲੇ ਆ ਤੇ ਬੋਝ, ਮੇਰੀ ਸੋਚ ਨਸ਼ੇ 'ਚ ਮੈਨੂੰ ਨੀ ਹੋਸ਼, ਮੈਂ ਕੋਕ ਕਹਿਣ ਪੀਤੀ ਮੈਨੂੰ ਚੜੇ ਆਵੇ ਜੋਸ਼, ਹੁਣ ਨੇੜੇ ਨੇ ਜਿਹੜੇ ਉਹ ਅਜਨਬੀ ਨੇ ਸਾਰੇ ਮੇਰੇ ਤੋਂ ਦੂਰ ਰਹਿੰਦੇ ਨੇ, ਮੇਰੇ ਘਰ ਵਾਲੇ ਮੇਰੀ ਅੱਖਾਂ ਲਾਲ ਚੁੱਪ ਚੁੱਪ ਨਸ਼ੇ 'ਚ ਚੂਰ ਵੇਖਦੇ ਨੇ ਮੈਨੂੰ, ਹਾਣ ਦੇ ਮੁੰਡੇ ਕੂਰ ਕੂਰ ਪੇ ਜਿਹੜਾ ਮੇਰੇ ਮੁਕਾਬਲੇ ਦਾ ਮੂਹਰੇ ਆ ਕੇ ਖੰਘੇ, ਨਾ ਮੈਂ ਬੋਹੇ ਮੀਆਂ ਇਰਾਦੇ ਨਹੀਂ ਉਹ ਚੰਗੇ। ਉਹ ਦੋ ਚਾਰ ਉਹ ਵੀ ਕਰਦੇ, ਇੱਕ ਖੰਘ ਖੰਘ ਜੀ ਉਹ ਵੀ ਕਰਦੇ ਹੁੰਦੇ ਨੇ ਨਾ, ਦੂਜੇ ਯੇ ਹੂ ਐ ਜੇ ਵਾਲਾ, ਉਹ ਟੀਜ਼ਰ 'ਚ ਲੱਗ ਜੂਗਾ ਸਾਡੇ, ਵਧੀਆ ਲੱਗ ਜੂ ਪ੍ਰੋ, ਯੇ ਹੋ ਹੂ ਹਾਂ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸੁਣਾਉਂਗੇ ਜੀ? ਸੁਣਾਉਣਾ ਹੀ ਕਰਨਾ ਹੈ ਜੀ, ਕਰਨਾ ਆ ਕੀ ਜੀ? ਡਾਂਸ। ਅੱਛਾ, ਡਾਂਸ ਕਰਨਾ ਜੀ।
ਮੇਰਾ ਨਾਂ ਹੈਰੀ ਹੈਰੀ ਕੀ ਸੁਣਾਓਗੇ ਮੈਂ ਗੀਤ ਸੁਣਾਊਂਗਾ ਜੀ ਕਿਹੜਾ ਜੀ ਮੈਂ ਖਾਨ ਸਾਹਿਬ ਦਾ ਸਟਾਈਲ ਵਧੀਆ ਠੀਕ ਥੈਂਕ ਯੂ ਵੀਰੇ ਤੁਹਾਡਾ ਵੀ ਬਹੁਤ ਵਧੀਆ ਜੀ ਤੁਹਾਨੂੰ ਦੇਖ ਦੇਖ ਕੇ ਪਾਲੀ ਦੇਣੇ ਸੁਣਾਓ ਹੋ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਹੋ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ ਹੋ ਗੱਲ ਮੇਰੀ ਕਿਉਂ ਨਹੀਂ ਮੰਨਦਾ ਮਾਹੀ ਵੇ ਜ਼ਿੰਦਗੀ ਹੈ ਤੇਰੇ ਨਾਲ ਤੂੰ ਮੇਰਾ ਏ ਪਿਆਰ ਆ ਜਾਵੇ ਮਾਹੀ ਵੇ ਮੈਨੂੰ ਤੇਰਾ ਇੰਤਜ਼ਾਰ ਅੱਛਾ ਕਿੰਨਾ ਫਰਕ ਹੈ ਦੇਖਿਆ ਕਹਿੰਦੇ ਨੇ ਮੁੰਡੇ ਪੜ੍ਹਦੇ ਨਹੀਂ ਏਦਾਂ ਕੁੜੀਆਂ ਵੱਧ ਪੜ੍ਹਦੇ ਨੇ ਮੁੰਡਾ ਐਂ ਆਰਾਮ ਨਾਲ ਆ ਰਿਹਾ ਉਹ ਕੋਈ ਫਾਇਦਾ ਨਹੀਂ ਨੰਬਰ ਲੈ ਕੇ ਨੰਬਰ ਲੈ ਕੇ ਕੋਈ ਫਾਇਦਾ ਨਹੀਂ ਜੀ ਐਂ ਹੀ ਭੱਜਣਾ ਹੈ ਬਹੁਤ ਵਧੀਆ ਉਹਨਾਂ ਨੂੰ ਸਾਦਾ ਸਾਥ ਤੁਸੀਂ ਵੀ ਆ ਜਾਓ ਕੋਈ ਨਹੀਂ ਮੇਰੇ ਭੈਣ ਕੋਈ ਨਹੀਂ ਇਹਨਾਂ ਦੇ ਦੇ ਯਾਰ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਸੋਚਿਆ ਐਵੇਂ ਤੈਨੂੰ ਗਾਲਾਂ ਕੱਢੂਗੀ ਮੇਰੇ ਭਰਾ ਨੂੰ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਕਹਿਣਾ ਮਗਰ ਸਤਿ ਸ਼੍ਰੀ ਅਕਾਲ ਜੀ ਹਾਂ ਵਧੀਆ ਕੀ ਨਾਂ ਜੀ ਤੁਹਾਡਾ ਅੰਜਲੀ ਜੀ ਕਿੱਥੇ ਰਹਿੰਦੇ ਹੋ ਜੀ ਸਰਹਾਲਾ ਰਾਣੂਆ ਓਕੇ ਪਰਿਵਾਰ 'ਚ ਕੌਣ ਪਰਿਵਾਰ 'ਚ ਬਹੁਤ ਜਾਣੇ ਆ ਸੁਣਾਉਣੇ ਪੈਣੇ ਮੈਨੂੰ ਸੁਣਾਓ ਇੰਨੇ ਕਿੰਨੇ ਗਾ ਗਏ ਦਾਦਾ ਜੀ ਦਾਦੀ ਜੀ ਤਿੰਨ ਚਾਚੇ ਉਂਗਲਾਂ ਹੀ ਮੁੱਕ ਗਈਆਂ ਅੱਛਾ ਦੋ ਚਾਚੀਆਂ ਤੇ ਤਿੰਨ ਚਾਚੇ ਦੋ ਚਾਚੀਆਂ ਕਿਵੇਂ ਇੱਕ ਦਾ ਵਿਆਹ ਨਹੀਂ ਹੋਇਆ ਅੱਛਾ ਇਹ ਕਹੋ ਨਾ ਇਹ ਕਹੋ ਵੀ ਦੋ ਚਾਚੇ ਮੈਰਿਡ ਨੇ ਇੱਕ ਹਜੇ ਅਨਮੈਰਿਡ ਨੇ ਮੈਂ ਕਿਹਾ ਤਿੰਨ ਚਾਚੇ ਦੋ ਚਾਚੀਆਂ ਅੱਛਾ ਤਿੰਨ ਚਾਚੇ ਤੇ ਦੋ ਚਾਚੀਆਂ ਸੱਤ ਹੋ ਗਏ ਜੀ ਤੇ ਜਿਹੜਾ ਵੱਡਾ ਚਾਚਾ ਉਹਦੇ ਦੋ ਨਿਆਣੇ ਵੱਡੇ ਚਾਚਾ ਜੀ ਦੇ ਦੋ ਨਿਆਣੇ ਸੱਤ ਤੇ ਦੋ ਨੌ ਤੈਨੂੰ ਨੀ ਪਤਾ ਅੱਛਾ ਨੌ ਹੋ ਗਿਆ ਜੀ ਛੋਟੇ ਚਾਚੇ ਦੇ ਵੀ ਦੋ ਨਿਆਣੇ ਨੌ ਤੇ ਦੋ ਗਿਆਰਾਂ ਅੱਛਾ ਜੀ ਤੇ ਮੈਂ ਹੋ ਗਈ ਮੇਰੀ ਛੋਟੀ ਭੈਣ ਮੇਰਾ ਛੋਟਾ ਭਰਾ ਤੁਹਾਡੇ ਮੰਮੀ ਡੈਡੀ ਵੀ ਹੈਗੇ ਆ ਅੱਛਾ ਫਿਰ ਪਹਿਲਾਂ ਹੋਗੇ ਨਾ ਤੁਸੀਂ ਕਿੱਦਾਂ ਹੋਗੇ ਜੀ 11 ਤੋਂ ਬਾਅਦ ਮੰਮੀ ਡੈਡੀ ਦੋ 13 ਤੁਸੀਂ ਤਿੰਨ 13 ਤੇ 3 16 ਸਾਹ ਟੱਬਰ ਹੀ ਬਹੁਤ ਹੈ ਤੂੰ ਘਰੇ ਚੱਲ ਜਾ ਯਾਰ ਅੱਛਾ 13, 3, 16 ਹੋ ਗਏ ਜੀ ਤਾਇਆ ਜੀ ਵੀ ਹੈਗੇ ਨੇ ਦੁਆਵਾਂ ਪਿਆਰ ਸਤਿਕਾਰ ਇੱਕ ਚਾਚਾ ਜਿਹੜਾ ਅਨ ਵਿਆਹ ਹੈ ਉਹ ਛੜਾ ਕਹਿੰਦਾ ਮੈਂ ਛੜਾ ਰਹਿਣਾ ਛੜਾ ਨੀ ਉਹ ਆਪਣਾ ਵਿਆਹ ਕਰ ਦੋ ਉਹ ਕਹਿੰਦਾ ਮੈਂ ਵਿਆਹ ਨੀ ਕਰਾਉਣਾ ਅੱਛਾ ਜੀ ਠੀਕ ਹੈ ਬਹੁਤ ਫਿਰ ਟੌਰ ਨਾਲ ਛੜਾ ਹੀ ਹੈ ਬਹੁਤ ਵਧੀਆ ਠੀਕ ਹੈ ਉਹ ਗਾਣਾ ਵੀ ਸੁਣਦਾ ਰਹਿੰਦਾ ਟੌਰ ਨਾਲ ਛੜਾ ਹਾਂਜੀ ਉਹਦੇ ਵਾਸਤੇ ਗਾਇਆ ਜੀ ਹਾਂਜੀ ਕੀ ਸੁਣਾਓਗੇ ਹੋਰ ਗਾਣਾ ਸੁਣਾਓਗੇ ਸੁਣਾਓ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ ਮੇਰੇ ਗਲੇ ਦਿਆ ਤਵੀਤਾ ਹੈ ਮੇਰੇ ਗਲੇ ਦਿਆ ਤਵੀਤਾ ਵਿਢੋਲਾ ਮੰਦਾ ਤਾਂ ਕੁਝ ਨਹੀਂ ਉਹ ਕੀਤਾ ਲੱਠੇ ਦੀ ਚਾਦਰ ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ ਗੋਡ ਬਲੈਸ ਯੂ ਔਰ 16 ਮੈਂਬਰਸ ਹਾਂ ਆ ਜਾ ਮੇਰਾ ਭਰਾ ਯਾਰ ਬਸ ਕੋਈ ਨਹੀਂ ਮੰਨਿਆ ਥੋੜੇ ਟੱਬਰ ਨੇ ਬੋਲਾਂਗੇ ਅਸੀਂ ਵੀ ਹਾਂ ਕੀ ਨਾਂ ਹੈ ਜੀ ਦੇਵਿਸ਼ ਜੀ ਦੇਵਿਸ਼ ਹਾਂਜੀ ਓਕੇ ਕੀ ਸ਼ੌਂਕ ਨੇ ਤੁਹਾਡੇ ਮੇਰਾ ਜੀ ਸ਼ੌਂਕ ਜੀ ਸਿੰਗਿੰਗ ਦਾ ਜੀ ਓਕੇ ਜੀ ਕੁਝ ਕਹਿਣਾ ਨਹੀਂ ਮੈਂ ਤੇਰੇ ਬਿਨ ਰਹਿਣਾ ਨਹੀਂ ਮੈਂ ਜੀਣਾ ਮਰਨਾ ਨਾਲ ਤੇਰੇ ਬਸ ਇਹੋ ਇੱਕ ਪੈਗਾਮ ਮੇਰਾ ਉਹ ਜਿਹਨੇ ਚੱਲਦੇ ਨੇ ਜਿਹਨੇ ਆਉਣੇ ਨੇ
ਹਰ ਸਾਂ ਤੇ ਸੱਜਣਾ ਨਾਮ ਤੇਰਾ ਉਹ ਜਿਹਨੇ ਚੱਲਦੇ ਨੇ ਜਿਹਨੇ ਆਉਣੇ ਨੇ ਹਰ ਸਾਂ ਤੇ ਸੱਜਣਾ ਨਾਮ ਤੇਰਾ ਬਹੁਤ ਮਜ਼ਾ ਆ ਰਿਹਾ ਜੀ ਕੈਂਪਸ ਦੇ ਵਿੱਚ ਸ਼ੂਟ ਕਰਕੇ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਇੱਥੋਂ ਦੀਆਂ ਕੁੜੀਆਂ ਦਾ ਗਿੱਧਾ ਜਾਗੋ ਲੈ ਕੇ ਆਈਆਂ ਕੁੜੀਆਂ ਜਾਗੋ ਲੈ ਕੇ ਆਈਆਂ ਕੁੜੀਆਂ ਤੇਲ ਪਾ ਦੇ ਪਰ ਡੋਲੂ ਵੇੜੇ ਲੰਬੜਾ ਦੇ ਅੱਜ ਬੱਬੀ ਹਾਂ ਬੋਲੂ ਵੇੜੇ ਲੰਬੜਾ ਦੇ ਅੱਜ ਬੱਬੀ ਹਾਂ ਬੋਲੂ ਵੇੜੇ ਲੰਬੜਾ ਦੇ ਤੋੜ ਦਿਓ ਨੀ ਇਸ ਪੱਗਾਂ ਵਾਲੇ ਸੱਜ ਨੂੰ ਤੋੜ ਦਿਓ ਨੀ ਇਸ ਪੱਗਾਂ ਵਾਲੇ ਸੱਜ ਨੂੰ ਚਾਚੀ ਨੱਚੇ ਮਾਸੀ ਨੱਚੇ ਛੜਾ ਬੋਲੀਆਂ ਪਾਵੇ ਨੀ ਭੂਆ ਐਂਦੜ ਆਪਣੇ ਫੇਵਰੇਟ ਸ਼ੋਅ ਦੇ ਵਿੱਚ ਕੰਟੀਨੀ ਮੰਡੀਰ ਦੇ ਵਿੱਚ ਹੁਣ ਵੇਲਾ ਜੀ ਇੱਥੋਂ ਦੇ ਟੀਚਰ ਸਾਹਿਬਾਨ ਪ੍ਰੋਫੈਸਰ ਸਾਹਿਬਾਨ ਜਿਹੜੇ ਗੁਰੂ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਕੀ ਨਾਂ ਹੈ ਤੁਹਾਡਾ ਜੀ ਨਿਰਦੋਸ਼ ਕੌਰ ਓਕੇ ਜੀ ਨਿਰਦੋਸ਼ ਮੈਮ ਹਾਂਜੀ ਤੇ ਤੁਸੀਂ ਕੀ ਪੜਾਉਂਦੇ ਹੋ ਜੀ ਮੈਂ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਹਾਂਜੀ ਨਾਲ ਨਾਲ ਤੁਸੀਂ ਕਲਚਰ ਵਾਲੇ ਪਾਸੇ ਵੀ ਹੈਗੇ ਹੋ ਕਿਉਂਕਿ ਆਰਗੇਨਾਈਜ਼ ਕੀਤਾ ਤੁਸੀਂ ਬਹੁਤ ਸਾਰਾ ਤੁਹਾਡਾ ਧੰਨਵਾਦ ਬਹੁਤ ਵਧੀਆ ਲੱਗਿਆ ਕਾਲਜ ਦੇ ਵਿੱਚ ਆ ਕੇ ਥੈਂਕ ਯੂ ਤੇ ਬਹੁਤ ਚੰਗੇ ਚੰਗੇ ਇੱਥੇ ਸਾਰੇ ਪ੍ਰੋਫੈਸਰ ਸਾਹਿਬਾਨ ਹੈਗੇ ਨੇ ਕਿਉਂਕਿ ਬਹੁਤਾ ਗਾਉਣ ਵਾਲੇ ਬੱਚੇ ਆਏ ਸੀਗੇ ਤਾਂ ਉਹਨਾਂ ਨੇ ਸਰ ਦੀ ਬੜੀ ਤਾਰੀਫ ਕੀਤੀ ਹਾਂਜੀ ਬਿਲਕੁਲ ਜੀ ਸਰ ਕੋਲੋਂ ਸਿੱਖਦੇ ਨੇ ਬੜੇ ਭਾਗਾਂ ਨੇ ਬੱਚੇ ਸਾਰੇ ਤੁਹਾਡੇ ਵਰਗੇ ਟੀਚਰਸ ਤੁਹਾਡੇ ਵਰਗੇ ਪ੍ਰੋਫੈਸਰ ਸਾਹਿਬਾਨਾਂ ਕੋਲੋਂ ਇਹ ਸਿੱਖਿਆ ਲੈ ਰਹੇ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਚੰਗੇ ਚੰਗੇ ਰਾਹਾਂ ਤੇ ਪਾਓਗੇ ਬਿਲਕੁਲ ਜੀ ਸਾਡੀ ਇਹੀ ਪੁਰਜ਼ੋਰ ਕੋਸ਼ਿਸ਼ ਹੈ ਪਹਿਲੇ ਸਾਲ ਤੋਂ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਚੰਗੀ ਸੇਧ ਦਈਏ ਅਤੇ ਉਹ ਬਹੁਤ ਚੰਗੇ ਇਨਸਾਨ ਬਣਨ ਜਿਹਦੀ ਕਿ ਇਸ ਵੇਲੇ ਅਸੀਂ ਸਮਝਦੇ ਹਾਂ ਬਹੁਤ ਜ਼ਿਆਦਾ ਕਮੀ ਮਤਲਬ ਪ੍ਰੋਫੈਸ਼ਨ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਉਹ ਚੰਗੇ ਸਿਟੀਜ਼ਨ ਬਣਨ ਆਪਣੇ ਜਿਸ ਵੀ ਕਿੱਤੇ ਦੇ ਵਿੱਚ ਉਹ ਜਾਣ ਉਹਦੇ ਪ੍ਰਤੀ ਉਹ ਬਹੁਤ ਓਨੈਸਟ ਹੈ ਸਾਡੀ ਸਾਰਿਆਂ ਦੀ ਇਹੀ ਕੋਸ਼ਿਸ਼ ਤੁਸੀਂ ਕਿੱਥੋਂ ਪੜ੍ਹੇ ਹੋ ਜੀ ਮੈਂ ਜਿਹੜੀ ਸਕੂਲਿੰਗ ਹੈਗੀ ਹੈ ਗਵਰਨਮੈਂਟ ਸਕੂਲ ਬੜਾ ਪਿੰਡ ਤੋਂ ਜਿਹੜੇ ਮੇਰੇ ਪੇਰੈਂਟਸ ਦਾ ਪਿੰਡ ਸੀਗਾ ਉਸ ਤੋਂ ਬਾਅਦ ਗੁਰੂ ਨਾਨਕ ਕਾਲਜ ਸੰਗਤੇ ਸੀਆਂ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਅਤੇ ਫਿਰ ਐਮਫਿਲ ਪੀਐਚਡੀ ਦੇ ਲਈ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਿੱਦਾਂ ਰਿਹਾ ਜੀ ਸਾਰਾ ਸਫ਼ਰ ਥਰੂ ਆਊਟ ਬਹੁਤ ਜ਼ਿਆਦਾ ਅੱਛਾ ਮੈਂ ਆਪਣੇ ਅਧਿਆਪਕ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹਨਾਂ ਦੀ ਬਦੌਲਤ ਮੈਂ ਅੱਜ ਇੱਥੇ ਪਹੁੰਚੀ ਹਾਂ ਇਸ ਕਾਲਜ ਤੱਕ ਬਿਲਕੁਲ ਯੂਨੀਵਰਸਿਟੀ ਕਾਲਜ ਤੇ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਥੈਂਕ ਯੂ ਥੈਂਕ ਯੂ ਸੋ ਮਚ ਆਓ ਜੀ ਮੈਮ ਆਓ ਜੀ ਆਓ ਆਓ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਡਾਕਟਰ ਆਸ਼ਮਾ ਹੈ। ਅੱਛਾ ਜੀ, ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਮੈਂ ਇੱਥੇ ਸਾਇੰਸ ਫੈਕਲਟੀ ਦੀ ਇੰਚਾਰਜ ਹੈਗੀ ਹਾਂ, ਅਦਰਵਾਈਜ਼ ਮੇਰਾ ਸਬਜੈਕਟ ਜਿਹੜਾ ਹੈਗਾ ਉਹ ਹੈਗਾ ਕੈਮਿਸਟਰੀ। ਕੈਮਿਸਟਰੀ ਹੋ ਗਿਆ ਜੀ, ਹਾਂਜੀ 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 ਹਾਂਜੀ, ਠੀਕ ਹੈ ਜੀ। C2H24, ਯੈਸ, H2O, H2O, ਵਾਟਰ, ਵਾਟਰ ਹੈ ਨਾ, ਪਾਣੀ ਹੈ ਨਾ, ਹਾਂਜੀ ਹਾਂ ਪਾਣੀ, ਯੈਸ। ਇੱਕੋ ਚੀਜ਼ ਮੈਨੂੰ ਪਤਾ, ਉਹੀ ਸੁਣਾਤੀ ਜੀ ਮੈਂ। ਵੈਰੀ ਗੁੱਡ, ਥੈਂਕ ਯੂ ਮੈਮ, ਥੈਂਕ ਯੂ। ਤੁਸੀਂ ਕਿੱਥੋਂ ਪੜ੍ਹੇ ਹੋ ਜੀ? ਤੁਹਾਡਾ ਸਾਰਾ ਸਫ਼ਰ? ਬੇਸਿਕਲੀ ਆਈ ਬਿਲੋਂਗ ਟੂ ਲੁਧਿਆਣਾ। ਅੱਛਾ ਜੀ। ਤੇ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਉਹ ਸੀਗੀ ਖਾਲਸਾ ਕਾਲਜ ਫੋਰ ਵੂਮੈਨ ਲੁਧਿਆਣਾ ਤੋਂ। ਓਕੇ ਜੀ। ਦੈਨ ਆਈ ਡਿਡ ਮਾਈ MSc ਐਂਡ PhD ਫਰੋਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। PAU। ਹਾਂਜੀ। ਉਹ ਤੋਂ ਬਾਅਦ ਫਿਰ ਮੈਂ 4 ਸਾਲ ਖਾਲਸਾ ਕਾਲਜ ਪੜ੍ਹਾਇਆ। ਓਕੇ ਜੀ। ਉਹ ਤੋਂ ਬਾਅਦ 2007 ਚ ਮੈਂ ਇੱਥੇ ਆ ਗਈ ਹਾਂ। 2007 ਚ ਆ ਗਏ ਤੁਸੀਂ? ਹਾਂਜੀ, ਯੈਸ। ਬਹੁਤ ਵਧੀਆ, ਕਿੱਦਾਂ ਦਾ ਰਿਹਾ ਜੀ ਸਫ਼ਰ? ਬਹੁਤ ਜ਼ਿਆਦਾ ਵਧੀਆ। ਅਤੇ ਆਪਣਾ ਜਿਹੜਾ ਇਹ ਕਾਲਜ ਹੈ, ਇਟ ਇਜ਼ ਬੇਸਿਕਲੀ, ਮੈਂ ਕੁਛ ਤੁਹਾਡੇ ਮੀਡੀਅਮ ਤੋਂ ਦੱਸਣਾ ਚਾਹਾਂਗੀ ਵੀ ਇਸ ਏਰੀਆ 'ਚ ਇਹ ਇੱਕੋ ਹੀ ਹੈਗਾ ਜਿਹੜਾ ਯੂਨੀਵਰਸਿਟੀ ਕਾਲਜ ਹੈ, ਜਿਹੜਾ GND ਉਹਦਾ ਆਪਣਾ ਯੂਨੀਵਰਸਿਟੀ ਕਾਲਜ ਹੈ। ਐਂਡ ਆਈ ਵੁੱਡ ਲਾਈਕ ਟੂ ਥੈਂਕ ਆਰ VC ਸਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ, ਫੋਰ ਗਿਵਿੰਗ ਅਸ ਸੱਚ ਅ ਨਾਈਸ ਵਰਕ ਕਲਚਰ ਐਂਡ ਇਨਵਾਇਰਮੈਂਟ। ਇੱਥੇ ਵਧੀਆ ਜਿਹੜਾ ਸਾਨੂੰ ਮਾਹੌਲ ਮਿਲਦਾ ਹੈ ਬੱਚਿਆਂ ਨੂੰ, ਵੈਲ ਸਪੇਸ਼ੀਅਸ ਸਾਡਾ ਮਲਟੀ ਫੈਕਲਟੀ ਕਾਲਜ ਹੈ, ਅਤੇ ਇੱਥੇ ਸਾਰੇ ਵਧੀਆ ਪ੍ਰੋਫੈਸ਼ਨਲ ਕੋਰਸਿਸ, ਸਾਇੰਸ, ਕਾਮਰਸ, ਆਰਟਸ ਐਂਡ IT ਡਿਪਾਰਟਮੈਂਟ ਸਾਰੇ ਬਹੁਤ ਹੀ ਵਧੀਆ ਹੈਗੇ ਆ, ਅਤੇ ਸਾਡੇ ਸਟੂਡੈਂਟਸ ਵੀ ਬਹੁਤ ਵਧੀਆ ਹੈ। ਕਲਾ ਜੀ ਬੱਚਿਆਂ ਦੇ, ਐਂਡ ਵੀ ਹੈਵ ਅ ਵੈਰੀ ਪ੍ਰੋਗਰੈਸਿਵ ਐਂਡ ਵੈਰੀ ਟੈਲੈਂਟਡ ਸਟਾਫ ਆਲਸੋ। ਥੋੜਾ ਗਾਣਾ ਤੁਸੀਂ ਸੁਣਾਓਗੇ? ਥੋੜਾ ਕੁਝ ਗਾਣਾ, ਹਾਂਜੀ, ਓਕੇ, ਭਾਵੇਂ ਕਮਿਸਟਰੀ ਜੀ ਸੁਣਾ ਦਿਓ। ਮੈਂ ਇੱਕ ਮਿੰਟ, ਨੋਰਮਲੀ ਮੈਂ ਇੱਕ ਗਜ਼ਲ ਹੈਗੀ ਹੈ, ਹਾਂਜੀ, ਜਿਹੜੀ ਮੇਰੇ ਸਾਇੰਸ ਦੇ ਬੱਚਿਆਂ ਨੂੰ ਪਤਾ ਹੈ ਵੀ ਜਿਹੜੀ ਮੈਂ ਹਮੇਸ਼ਾ ਕਲਾਸ 'ਚ ਉਹੀ ਇੱਕ ਗਜ਼ਲ ਗਾਉਂਦੀ ਹਾਂ। ਅੱਛਾ, ਤੁਸੀਂ ਕਲਾਸ 'ਚ ਗਜ਼ਲ ਹੀ ਗਾਉਂਦੇ ਹੋ? ਇਹ ਵਿਚਾਰੇ ਪੜ੍ਹਨਗੇ ਕਿੱਥੋਂ ਜੀ ਫਿਰ? ਕਦੇ ਕਦੇ ਪੜ੍ਹਾ ਵੀ ਦਿੰਨੀ ਆ। ਅੱਛਾ ਅੱਛਾ, ਫਿਰ ਠੀਕ ਹੈ ਜੀ। ਮੈਂ ਸੋਚਿਆ ਵੀ ਬੱਚਿਆਂ ਨੂੰ ਪਤਾ ਹੀ ਹੈ ਵੀ ਮੈਂ ਕਲਾਸ 'ਚ ਕਿਹੜੀ ਗਜ਼ਲ ਗਾਉਂਦੀ ਹਾਂ। ਹਾਂ, ਇੱਕੋ ਹੀ ਹੈ। ਤੁਮਕੋ ਦੇਖਾ ਤੋ ਯੇ ਖਿਆਲ ਆਇਆ, ਤੁਮਕੋ ਦੇਖਾ ਤੋ ਯੇ ਖਿਆਲ ਆਇਆ, ਜ਼ਿੰਦਗੀ ਧੂਪ ਤੁਮ ਘਨਾ ਸਾਇਆ, ਤੁਮਕੋ ਦੇਖਾ ਤੋ ਯੇ ਖਿਆਲ ਆਇਆ। ਥੈਂਕ ਯੂ, ਬਹੁਤ ਸੋਹਣੀ ਆਵਾਜ਼, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਡਾਕਟਰ ਸੰਗੀਤਾ ਹੈ। ਅੱਛਾ ਜੀ। ਮੈਂ ਇੱਥੇ ਮੈਥ ਦੀ ਪ੍ਰੋਫੈਸਰ ਹਾਂ। ਅੱਛਾ, ਮੈਥ ਵਾਲੇ ਹੋ ਜੀ ਤੁਸੀਂ? ਹਾਂਜੀ ਹਾਂਜੀ। ਓਕੇ। ਨੌਜਵਾਨ ਵੀ ਦੇਖਦੇ ਨੇ, ਵੱਡੇ ਵੀ ਦੇਖਦੇ ਨੇ ਸਾਡਾ ਸ਼ੋਅ। ਸੁਨੇਹਾ ਇਹ ਹੈ ਜੀ, ਬਸ ਆਪਣਾ 100% ਹਰ ਕੰਮ ਦੇ ਵਿੱਚ ਦਿਓ, ਯੂ ਵਿਲ ਆਲਵੇਜ਼ ਸਕਸੀਡ ਇਨ ਲਾਈਫ। ਬਿਲਕੁਲ ਜੀ, ਬਿਲਕੁਲ। ਵਧੀਆ ਸੁਨੇਹਾ ਦਿੱਤਾ, ਨਾਲੇ ਛੋਟਾ ਦਿੱਤਾ ਜੀ ਨਾਲੇ। ਹੁਣ ਸੁਣਾਓ ਜੀ। ਆਸ਼ਕਾ ਤੂੰ ਸੋਨਾ ਮੁਖੜਾ ਲੁਕਾਉਣ ਲਈ, ਸੱਜਣਾ ਨੇ ਬੂਹੇ ਅੱਗੇ ਚਿੱਕ ਤਾਰਨ ਲਈ। ਆਸ਼ਕਾ ਤੂੰ ਸੋਨਾ ਮੁਖੜਾ ਲੁਕਾਉਣ ਲਈ, ਸੱਜਣਾ ਨੇ ਬੂਹੇ ਅੱਗੇ ਚਿੱਕ ਤਾਰਨ ਲਈ। ਚਿੱਕ ਤਾਰਨ ਲਈ ਸੱਜਣਾ ਨੇ ਬੂਹੇ ਅੱਗੇ ਚਿੱਕ ਤਾਰਨ ਲਈ। ਅੱਛਾ ਜੀ। ਏ ਨਹੀਂ ਉਹ ਸੱਜਣਾ ਸੂਲ ਪਿਆਰ ਦੇ, ਤੱਕਣਾ ਜੇ ਨਹੀਂ ਉਹ ਸਾਨੂੰ ਗੋਲੀ ਮਾਰ ਦੇ। ਇਹ ਵੀ ਠੀਕ ਹੈ ਜੀ ਕੰਮ। ਵੀ ਕੰਮ ਨਹੀਂ ਮਗਾਓ। ਨਹੀਂ ਉਹ ਸੱਜਣਾ ਸੂਲ ਪਿਆਰ ਦੇ, ਤੱਕਣਾ ਜੇ ਨਹੀਂ ਉਹ ਸਾਨੂੰ ਗੋਲੀ ਮਾਰ ਦੇ। ਹੁਣ ਜਿਹੜੇ ਸਰ ਨੂੰ ਮੈਂ, ਜਿਹੜੇ ਸ਼ਖਸੀਅਤ ਨੂੰ ਇੱਥੇ ਬਤੌਰ ਇੱਥੇ ਗੁਰੂ ਉਹ ਪੜ੍ਹਾ ਰਹੇ ਨੇ ਬੱਚਿਆਂ ਨੂੰ, ਮਿਊਜ਼ਿਕ ਉਹਨਾਂ ਦਾ ਡਿਪਾਰਟਮੈਂਟ ਹੈਗਾ, ਬਹੁਤ ਹੀ ਰਿਸਪੈਕਟਿਡ, ਬਹੁਤ ਹੀ ਸਤਿਕਾਰਯੋਗ ਇਹ ਸਾਡੇ ਵਿੱਚ ਹੈਗੇ ਨੇ, ਜ਼ੋਰਦਾਰ ਤਾੜੀਆਂ ਦੇ ਨਾਲ, ਵੈਸੇ ਤਾਂ ਨਾਮ ਉਹਨਾਂ ਨੂੰ ਲੋੜ ਨਹੀਂ ਹੈਗੀ, ਰਿਸਪੈਕਟਿਡ ਸ਼ਮਸ਼ਾਦ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਮੈਂ ਤਾਰੀਫ ਅੱਗੇ ਵੀ ਬਹੁਤ ਸੁਣੀ ਹੈ, ਰੋਸ਼ਨ ਪ੍ਰਿੰਸ ਵੀਰੇ ਨੂੰ ਵੀ, ਤੁਸੀਂ ਬਹੁਤ ਸਿੱਖਿਆ ਦਿੱਤੀ, ਹੋਰ ਵੀ ਤੁਸੀਂ ਸਿੱਖਿਆ ਦੇ ਰਹੇ ਹੋ ਜੀ, ਉਸ ਮਾਲਕ ਦੀ ਹੈ। ਹਾਂਜੀ, ਬਸ ਅਸੀਂ ਕੋਸ਼ਿਸ਼ ਕਰਦੇ ਹਾਂ। ਬਹੁਤ ਵਧੀਆ, ਤੁਸੀਂ ਕਹਿੰਦੇ ਰੱਬ ਜ਼ਰੀਆ ਬਣਾਉਂਦਾ ਜੀ, ਬਿਲਕੁਲ, ਤੁਸੀਂ ਇੱਕ ਜ਼ਰੀਆ ਹੋ, ਔਰ ਸਾਰੇ ਬੱਚੇ ਜਿਹੜੇ ਸਿੱਖਦੇ ਨੇ ਜੀ, ਬਹੁਤ ਮੈਂ ਦੇਖਿਆ ਜੀ, ਬਹੁਤ
ਦਿਲੋਂ ਗਾਉਂਦੇ ਸੀਗੇ ਬਿਲਕੁਲ ਦਿਲੋਂ ਤੁਹਾਡੇ ਤੋਂ ਸਿੱਖ ਰਹੇ ਨੇ ਬਿਲਕੁਲ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਅੱਜ ਸ਼ੋਅ ਦੇ ਵਿੱਚ ਤੁਸੀਂ ਸਾਡੇ ਆਏ ਥੈਂਕ ਯੂ ਜੀ ਤੇ ਚਾਰ ਚੰਨ ਲੱਗ ਗਏ ਜੀ ਤੁਸੀਂ ਸਾਡੇ ਕਾਲਜ ਦੇ ਵਿੱਚ ਆਏ ਤੁਹਾਡਾ ਪ੍ਰੋਗਰਾਮ ਕੀਤਾ ਸਾਨੂੰ ਬੜਾ ਚੰਗਾ ਲੱਗਿਆ ਤੁਹਾਡਾ ਆਸ਼ੀਰਵਾਦ ਹੈ ਜੀ ਥੈਂਕ ਯੂ ਜੀ ਥੈਂਕ ਯੂ ਤੇ ਹੁਣ ਮੈਂ ਇਸ ਤੋਂ ਪਹਿਲਾਂ ਕਹਾਂ ਤੁਸੀਂ ਦੋ ਕੁ ਬੋਲ ਜਿਹੜੇ ਤੁਹਾਨੂੰ ਮਨਪਸੰਦ ਨੇ ਤੁਹਾਡੇ ਤੁਹਾਡੀ ਆਵਾਜ਼ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਮੈਂ ਇੱਕ ਸੂਫੀ ਕਲਾਮ ਦੇ ਦੋ ਸ਼ੇਅਰ ਸੁਣਾਉਣਾ ਦਿੰਦਾ ਬਿਲਕੁਲ ਅਲਫ ਅੰਦਰ ਹੂ ਤੇ ਬਾਹਰ ਹੂ ਵਤ ਵਾਹੂ ਕਿੱਥੇ ਲਵਿੰਦਾ ਹੂ ਹੂ ਦਾ ਦਾਗ ਮੁਹੱਬਤ ਬਾਲਾ ਜਿਹੜਾ ਦਮ ਦਮ ਨਾਲ ਸੜਿੰਦਾ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਥੈਂਕ ਯੂ ਜੀ ਜੋ ਅੱਜ ਕੱਲ੍ਹ ਚੱਲ ਰਿਹਾ ਜੀ ਸਮੇਤ ਮੈਂ ਸਮੇਤ ਅਸੀਂ ਸਾਰੇ ਤਾਂ ਰੌਲਾ ਰੱਪਾ ਚੱਲਦਾ ਜੀ ਪਰ ਇੱਕ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਮਾਲਕ ਨੇ ਤੁਹਾਨੂੰ ਬਖਸ਼ੀ ਔਰ ਤੁਸੀਂ ਬਹੁਤ ਮਿਹਨਤ ਵੀ ਕੀਤੀ ਜੀ ਔਰ ਤੁਸੀਂ ਅੱਗੇ ਵੀ ਬੱਚਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਬਹੁਤ 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 ਚੰਗਾ ਲੱਗਿਆ ਜੀ ਥੈਂਕ ਯੂ ਸੋ ਮਚ ਸੋ ਟੀਚਰ ਸਾਹਿਬਾਨਾਂ ਨਾਲ ਪ੍ਰੋਫੈਸਰ ਸਾਹਿਬਾਨਾਂ ਨਾਲ ਅਸੀਂ ਗੱਲਬਾਤ ਕੀਤੀ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੈ ਜੇ ਉਹ ਟੈਲੈਂਟ ਜੇ ਉਹ ਡਿਸਿਪਲਿਨ ਜੇ ਉਹਨਾਂ ਦੇ ਅੰਦਰ ਜਿਹੜੀਆਂ ਮੋਰਲ ਵੈਲਿਊਸ ਹੈਗੀਆਂ ਨੇ ਜੇ ਉਹ ਕੁੱਟ ਕੁੱਟ ਕੇ ਭਰੀਆਂ ਨੇ ਤਾਂ ਉਹ ਇਹਨਾਂ ਦਾ ਬਾਕੀ ਸਾਰੇ ਪ੍ਰੋਫੈਸਰ ਜਿਹੜੇ ਹੈਗੇ ਨੇ ਸਾਰੇ ਖੜ੍ਹੇ ਨੇ ਉਹਨਾਂ ਕਰਕੇ ਹੈ ਜੀ ਸੋ ਹੁਣ ਜਾਣ ਦਾ ਦਿਲ ਨਹੀਂ ਕਰਦਾ ਇੱਥੋਂ ਕਿਉਂਕਿ ਮੌਸਮ ਵੀ ਬਹੁਤ ਵਧੀਆ ਅਤੇ ਬੱਚੇ ਵੀ ਬਹੁਤ ਟੈਲੈਂਟਡ ਨੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਭੰਗੜਾ ਦਿਖਾਉਂਦੇ ਹਾਂ ਜੀ ਸੋ ਮੁੰਡਿਆਂ ਦਾ ਭੰਗੜਾ
ਠੀਕ ਹੈ ਜੀ ਮੁਕੰਦਪੁਰ ਕਾਲਜ ਵਿੱਚ ਅਗਲੇ ਹਫ਼ਤੇ ਇੱਕ ਹੋਰ ਕਾਲਜ ਵਿੱਚ ਮਿਲਾਂਗੇ ਕੀਪ ਵਾਚਿੰਗ ਕੰਟੀਨਿਊ ਮੰਡੀਰ ਸ਼ੋਅ ਨੂੰ ਪਿਆਰ ਕਰਦੇ ਰਹੋ ਸਤਿ ਸ਼੍ਰੀ ਅਕਾਲ ਜੀ ਸੱਚ ਕੇ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀਆਂ ਸ਼ੋਅਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਹੈਗੀਆਂ ਉਹ ਤੁਹਾਨੂੰ ਮਿਲ ਸਕਣ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ